ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਦੱਸੋ ਪ੍ਰੋਬਲਮ ਤੁਹਾਡੀ ਕੀ ਹੈ? ਹਾਂਜੀ ਬਾਬਾ ਜੀ, ਪ੍ਰੋਬਲਮ ਮੇਰੇ 3 ਸਾਲ ਤੋਂ ਪ੍ਰੋਬਲਮ ਹੈ, ਡਿਸਕ ਪ੍ਰੋਬਲਮ ਹੈ। ਉਹਦੇ ਵਿੱਚ ਮੈਂ ਕਾਫੀ ਜਗ੍ਹਾ ਤੇ ਡਾਕਟਰਸ ਨੂੰ ਦਿਖਾਇਆ ਵਾ ਤੇ ਜ਼ਿਆਦਾਤਰ ਤਾਂ ਮੈਨੂੰ ਆਪਰੇਸ਼ਨ ਦੇ ਹੀ ਦੱਸਿਆ ਵਾ ਤੇ ਦਵਾਈਆਂ ਦਵਾਈਆਂ ਵੀ ਮੈਂ ਕਾਫੀ ਖਾਧੀਆਂ, ਪੇਨ ਕਿਲਰ ਬਹੁਤ ਖਾਧੇ ਆ। ਉਹਦੇ ਨਾਲ ਤੁਹਾਡੇ ਮੂਵਮੈਂਟ 'ਚ ਕੀ ਪ੍ਰੋਬਲਮ ਆਉਂਦੀ ਭਾਜੀ? ਮੂਵਮੈਂਟ ਦੇ ਵਿੱਚ ਜਿਸ ਤਰ੍ਹਾਂ ਇੱਕ ਤਾਂ ਮੈਨੂੰ ਜਦੋਂ ਮੈਂ ਬੈਠਾ ਹੁੰਦਾ ਜਾਂ ਲੇਟਦਾ ਵਾ ਉੱਠਣ ਲੱਗਿਆ ਮੈਨੂੰ ਬਹੁਤ ਮਤਲਬ ਦਰਦ ਹੁੰਦੀ ਆ ਔਰ ਟਾਈਮ ਲੱਗਦਾ ਉੱਠਣ ਨੂੰ। ਤੇ ਹੱਥ ਲੱਗ ਦਿਖਾਓ ਪੈਰਾਂ ਨੂੰ ਭਾਜੀ, ਕਿੰਨੇ ਕੁ ਜਾਂਦੇ ਥੱਲੇ? ਸੁੱਕਣ ਵੇਲੇ ਵੀ ਮੈਨੂੰ ਥੋੜਾ ਜਿਹਾ ਇਥੋਂ ਦਰਦ ਆਉਣੀ ਸ਼ੁਰੂ ਹੁੰਦੀ ਆ ਪੁਆਇੰਟ। ਠੀਕ ਭਾਜੀ, ਆ ਜਾਓ ਉੱਪਰ। ਹਾਫ ਟਰਨ ਭਾਜੀ, ਮੇਰੀ ਸਾਈਡ, ਮੇਰੀ ਸਾਈਡ ਟਰਨ, ਬਿਲਕੁਲ ਲੈਗ ਛੱਡ ਦੇ ਭਾਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਲੈਗ ਛੱਡਣੀ, ਬਿਲਕੁਲ ਲੈਗ, ਬਿਲਕੁਲ ਲੈਗ ਉਧਰ ਆ ਜਾ, ਬਿਲਕੁਲ ਰਿਲੈਕਸ ਕਰਨਾ ਭਾਈ ਸਰੀਰ ਨੂੰ, ਢਿੱਲਾ ਨਹੀਂ ਛੱਡਣਾ, ਦਰਦ ਨਹੀਂ ਕੋਈ ਨਾ, ਅੱਗੇ ਹੋਣੀ ਵੀ ਨਹੀਂ, ਬਿਲਕੁਲ ਰਿਲੈਕਸ। ਨੰਬਰ ਸਾਹਿਬ ਆਊਟ, ਵੈਸੇ ਚੱਲ ਉੱਠ, ਹੁਣ ਤਾਂ ਸਮਾਈਲ ਕਰਕੇ ਉੱਠ ਖੜਾ। ਹੁਣ ਹੋਈ ਉੱਠਣ 'ਚ ਪ੍ਰੋਬਲਮ? ਹੈਂ, ਕਾਫੀ ਠੀਕ ਆ, ਲੱਗ ਦੇਖੋ ਹੱਥ ਭਾਜੀ, ਹੁਣ ਨੋਰਮਲ, ਢਿੱਲਾ ਛੱਡ ਕੇ ਬਿੰਦਾਸ ਹੋ ਜਾ, ਹੋ ਜਾ, ਦੋ ਤਿੰਨ ਲਾ ਥੱਲੇ ਤੇ। ਚਲੋ ਜੀ ਹੁਣ ਗੱਜ ਕੇ ਫਤਿਹ ਬੁਲਾ ਦੇ, ਦੱਸ ਦਿਓ ਆਪਣਾ ਐਕਸਪੀਰੀਅੰਸ ਪਹਿਲਾਂ ਕਿਵੇਂ ਆਇਆ ਸੀ, ਕਿਵੇਂ ਹੁਣ? ਹਾਂ ਜੀ, ਕਾਫੀ ਮੇਰੀ ਜਿਹੜੀ ਆ ਸਰੀਰ ਦੀ ਬਹੁਤ ਜ਼ਿਆਦਾ ਇਹਦੇ ਵਿੱਚ ਮੇਰੀ ਸਟਿਫਨੈਸ ਬਹੁਤ ਜ਼ਿਆਦਾ ਸੀਗੀ ਤੇ ਮੈਨੂੰ ਏਦਾਂ ਮਹਿਸੂਸ ਹੋਇਆ ਜਿੱਦਾਂ ਮੇਰਾ ਸਰੀਰ ਸਾਰਾ ਖੁੱਲ ਗਿਆ ਵਾ। ਔਰ ਉਹਨੇ ਤਾਂ ਵਾਹਿਗੁਰੂ ਨੇ ਖੋਲਤਾ ਉਹ, ਤੇ ਹੁਣ ਤੁਸੀਂ ਲੰਮੇ ਪੈ ਕੇ ਇੱਕ ਵਾਰੀ ਬਹਿ ਕੇ ਦੇਖ ਲਓ, ਤੁਹਾਨੂੰ ਜਿਹੜੀ ਉੱਠਣ 'ਚ ਟਾਈਮ ਲੱਗਦਾ ਸੀ ਉਹ ਦੇਖ ਲਓ ਮੇਰਾ। ਹਾਂਜੀ, ਲੰਮੇ ਪੈ ਕੇ ਫਿਰ ਉੱਠੋ, ਆ ਜਾਓ, ਹੈਗਾ ਟਾਈਮ ਹੁਣ? ਚਲੋ ਗੱਜ ਕੇ ਫਤਿਹ ਬੁਲਾਓ ਜੀ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।